स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे आ उन्हां नूं रिक्वेस्ट आ कि अपने यूट्यूब चैनल नूं सबसक्राइब कर लिओ ते नाल लग्गिया बैल आइकॉन दा बटन जरूर प्रेस कर लिओ तां जो अपनी हर नवीं आउण वाली वीडियो दा नोटिफिकेशन सब तो पहला तुहानूं मिल सके। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84270 19817। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਕਿੰਨੇ ਨਾਗ ਦਿਖਾਉਣੇ ਜੀ ਅੱਜ? ਆਪਾਂ ਅੱਜ ਬਈ 3 ਨਾਗ ਨੇਗੇ ਆਪਣੇ ਕੋਲੇ। ਠੀਕ ਹੈ। ਤੇ ਜਿਹੜੀ ਆਪਾਂ ਕੱਲ ਪਾਸੋਂ ਵੀਡੀਓ ਪਾਈ ਉਹ ਆਪਣੀ ਘੰਟ ਦੇ ਸੀ। ਠੀਕ ਹੈ, ਵਧੀਆ ਰਿਸਪੌਂਸ ਮਿਲਿਆ ਪੂਰਾ ਜਮਾ। ਪੂਰਾ ਬਈ, ਐ ਮੰਨ ਕੇ ਚੱਲ ਆਪਾਂ ਉਹਦੀ 30% ਫੋਨ ਚੱਕੇ ਗਏ। ਠੀਕ ਹੈ ਠੀਕ ਹੈ, ਮਨ ਪਾਸੋਂ ਚੰਗੇ ਸੀਗੇ ਨਾ? ਵਧੀਆ ਸੀ ਆਪਣੇ ਘਰੇ ਬਈ, 3-3 ਵਾਰੀ ਦੇਖੀ ਆਪਣੇ ਘਰੇ। ਠੀਕ ਹੈ, ਇੱਥੇ ਗਾਹ ਨਾ ਫਿਰ ਨਵੇਂ ਵੇਖੀ ਨਾ ਬਈ। ਸੋ ਵੀਰੋ, ਚੰਗਾ ਪਸੰਦ ਤਾਂ ਵਧੀਆ ਵਿਕਦਾ ਤੇ ਬਾਕੀ ਤੁਹਾਡੇ ਪਿਆਰ ਦੀ ਬਗੌਲਤਾ ਹਰੀ। ਤੇ ਵੀਰ ਐਡਰੈਸ ਕਨਫਰਮ ਕਰਾ ਦੇ ਨੰਬਰ ਆਪਣਾ। ਤੇ ਨਾਮ ਭਵਨਪ੍ਰੀਤ ਸਿੰਘ ਹੈ, ਪਿੰਡ ਹੜਿਆ, ਜ਼ਿਲ੍ਹਾ ਬਰਨਾਲਾ ਜੀ। ਤੇ ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ ਹੈ 9876882899। ਇਹ ਵੀ ਆਪਣਾ ਵਟਸਐਪ ਨੰਬਰ ਹੈ। ਦੇ ਦੂਜਾ ਨੰਬਰ ਹੈਗਾ 9735508844। ਇਹ ਵੱਡੇ ਭਰਾ ਦਾ ਨੰਬਰ ਹੈ। 9735508844। ਠੀਕ ਹੈ। ਅੱਜ ਹੈਗੀਆਂ ਦੋਨੇ ਇਹ ਸੂਈਆਂ ਹੋਈਆਂ ਤੇ ਆਹ ਬੈਡ ਥੋੜੀ ਕੱਚੀ ਆ ਜਿਹੜਾ। ਇਹ ਬੈਡ ਹਾਂ ਹੀ ਲੈਂਦੀ, ਇਹ ਦਾਵਤ ਤੋਂ 12 ਦਿਨ ਲੈ ਜੂਗੀ। 12 ਕਿ ਦਿਨ? ਹਾਂ। ਤੇ ਆਪਣੇ ਮਨ ਦੇ ਆਪਣੇ ਘਰੋਂ ਹੀ ਆਈ ਵੀ ਹੈ ਬਾਈ ਇਹ। ਠੀਕ ਹੈ। ਫੋਲਰ ਕਾਰਡ ਹੈਗਾ। ਠੀਕ ਹੈ। ਤੇ ਬਾਈ ਨੇ ਮਨ ਕੇ ਸੰਗਾ ਦੀ ਕਾਲ ਕਰੀ ਵੀ ਹੈ ਕਦੀ। ठंडी वगैरह पूरी फुल सिंग देख के डर जू भी घुमा गई मन के चलो 15 के नहीं 12-13 दिन लो बी 15 दिन। ठीक है। ते पहले 6 तरीक दिन पूरे होंगे। 6 तरीक दिन पूरे होंगे मन के चलो। ठीक है। ਤੇ ਹੁਣ ਇਸ ਵਾਰ ਦੁੱਧ ਦੀ ਕਿੰਨੀ ਕਮੀ ਰਹੇ ਤੋ? ਇਹ ਬਈ ਪਲੂਣ ਸੂਈ ਸੀਗੀ। ਠੀਕ ਹੈ। ਪਿਛਲੇ ਸੂਏ? ਹਾਂ ਪਿਛਲੇ ਸੂਏ। ਪਹਿਲੇ 22 ਕਿਲੋ ਦਿੱਤਾ ਵੇ ਦਾ ਪਲੂਣ ਦਾ, ਮੰਨ ਕੇ ਚਲੋ 25 ਪਲੱਸ 2 ਗ੍ਰਾਮ ਨਾਲ ਹੀ ਹੈ। ਮਤਲਬ 25 ਦੇ ਲਵੇ ਲਾਉਣੇ ਲਾ ਦੂ ਦੁੱਧ। ਪਹਿਲੀ ਵਾਰ ਛੋਟੀ ਹੀ ਬੜਾ ਇੱਕ ਸਮੀ ਹੋਈ ਬਹੁਤ ਹੈ। ਸੋ ਵੀਰੋ, ਆਰਡਰ ਦੀ ਢਿੱਲ ਦੱਸ ਦੀ ਹੋ ਗਈ ਆ। ਪਿਛਲੇ ਸੂਏ ਵੀ ਇਹਨੇ 25 ਦਿੱਤੀ, ਇਸ ਹਿਸਾਬ ਨਾਲ ਦੁੱਧ ਪਾਉਣੇ ਨੇ। ਤੇ ਸੀਮਨ ਵਗੈਰਾ ਪਤਾ ਇਹਦੇ ਕਿਹੜਾ ਲੱਗਿਆ ਸੀ? ਆਪ ਤਾਂ ਬਈ ਇਹ ਟੈਸ਼ਨ ਦੀ ਹੈ ਜੀ, ਬੋਲ ਦੀ। ਠੀਕ ਹੈ, ਟੈਸ਼ਨ ਬੋਲ ਦੀ। ਟੈਸ਼ਨ ਬੋਲ ਦੀ ਹੈ ਕਿ ਕਹਿਣ ਵਾਲੀ ਗੱਲ ਨਹੀਂ ਹੈਗੀ ਕਿ। ਠੀਕ ਹੈ। ਆਪਣੇ ਘਰੋਂ ਹੀ ਆਈ ਹੈ ਖਾਸ। ਤੇ ਅੱਗੇ ਤੇ 50 ਯੂਰੋ ਵਾੜ ਦਾ ਲੱਗਿਆ ਜੀ। 50 ਯੂਰੋ ਬਾਅਦ ਮਤਲਬ ਜਰਸੀ ਦੇ ਸੀਮਨ ਲੱਗਿਆ ਹੋਵੇ। ਠੀਕ ਹੈ। ਇਸ ਵਾਰ ਮੰਨ ਕੇ ਚਲੋ ਆਪਾਂ ਇਹਦੇ 25+ ਦੀ ਗਾਰੰਟੀ ਲੈ ਸਕਦੇ ਵੀ ਇਹਨਾਂ ਲਾਵਾਂਗੇ ਬਈ ਆਪਾਂ। ਠੀਕ ਹੈ, ਮੰਨ ਕੇ ਚਲੋ ਗੇਅਰ ਵਗੈਰਾ ਚੰਗੀ ਹੋਗੀ ਤੇ ਬਾਕੀ ਤੁਹਾਨੂੰ ਆਪ ਹੀ ਦੱਸ ਦਿਆ ਬਾਡੀ ਵੇਟ ਬਹੁਤ ਆ ਬੈਠਦਾ। ਸੁਭਰਾ ਮਿਲਕ ਵੇਨ ਸੀ ਦੇਖ ਸਕਦੇ ਨੇ ਆ, ਬਹੁਤ ਚੰਗੀ ਮਿਲਕ ਵੇਨ ਜਾਂਦੀ ਮੈਂ। ਮਿਲਕ ਵੇਨ ਤੋਂ ਆਪਾਂ ਗੈਸ ਕਰ ਸਕਦੇ ਆ ਕਿ ਪਸ਼ੂ ਦੁੱਧ ਵਾਲਾ ਜਾਂ ਨਹੀਂ। ਤੇ ਬਾਕੀ ਕੱਦ ਕਾਠ ਤੇ ਥਣ ਪੂਰਾ ਮੋਟਾ, ਬਿਲਕੁਲ ਮੱਝਾਂ ਵਰਗਾ ਥਣ ਲੱਗਿਆ। ਜਿਹੜੀ ਪੰਜਾਬ ਵਾਲੀ ਜਰਸੀ ਆਪਾਂ ਨੂੰ ਮਿਲਦੀ ਨਹੀਂ ਹੈਗੀ। ਠੀਕ। ਜਿੱਦੇ ਤਿਆਰ ਹੋ ਗਏ ਉਹਦੇ ਕਹਿਣੇ ਹੋਰ ਹੋਣਗੇ ਇਹਦੇ ਗੱਲਾਂ। ਫੇਸ ਦੇਖ ਲੋ, ਪੂਰਾ ਫੇਸ ਆ ਉਹ ਆਗਾ। ਠੀਕ ਹੈ। ਜੇ ਕਿਤੇ ਸਿੰਗ ਨਾ ਹੋਵੇ ਫਿਰ ਇਹਦੀ ਕੋਈ ਕੀਮਤ ਨਹੀਂ। ਸਿੰਗ ਥੋੜੀ ਟੌਲ ਖਰਾਬ ਕਰਦੀ ਹੈ ਇਹਦੀ। ਹਾਂ, ਸਿੰਗਾਂ ਦੀ ਕਰਕੇ ਹੋਵੇ। ਠੀਕ ਹੈ। ਤੇ ਬਾਕੀ ਬਰੀਡ ਕੁਆਲਿਟੀ ਦਾ ਖੈਰ ਰਹਿਣੀ ਰਹਿਣੀ ਵਿੱਚ ਤੇ ਤੋੜ ਕੇ ਦਿਖਾ ਦੇ ਵੀਰੇ ਨੂੰ। ਸਿਰਫ ਪਹਿਲੇ ਨੰਬਰ ਤੇ ਆਪਣੀ ਆ ਗਈ ਇਹ ਜਰਸੀ ਦੇ ਵਿੱਚ ਤੇ ਸਿੰਗ ਮੂੰਹ ਮੱਥਾ ਤੁਸੀਂ ਦੇਖੋ ਇਹਦਾ ਸੋਹਣਾ ਤੇ ਫੇਸ ਕੁਆਲਿਟੀ ਤੇ ਬਾਕੀ ਆ ਦੇਖੋ ਟੂਹੀ ਵਗੈਰਾ ਕਿਸੇ ਪਾਸੋਂ ਲੇਦਾ ਪਾਣ ਨਹੀਂ ਕੋਈ ਚੱਕਦੀ ਨਹੀਂ। ਠੰਡੀ ਪੂਰੀ ਫੁੱਲ ਆ ਜਮਾਂ ਦੁੱਧ ਐ ਮੰਨ ਕੇ ਚੱਲੋ ਮੇਰੇ ਹਿਸਾਬ ਨਾਲ ਜੇ 20-22 ਵੀ ਦੇਗੀ ਤਾਂ ਵੀ ਬਹੁਤ ਆ ਕਿਉਂਕਿ ਮੱਝਾਂ ਵਰਗਾ ਦੁੱਧ ਹੋਊ ਇਹਦਾ ਤੇ ਬਾਕੀ ਬਾਡੀ ਵੇਟ ਚੰਗਾ ਹੈਗਾ ਤੇ ਵੀਰੇ ਗਰਮੀ ਵਗੈਰਾ ਮੇਰੇ ਹਿਸਾਬ ਵਧੀਆ ਮੇਨਟੇਨ ਕਰੂ ਹਣਾ ਕਿਉਂਕਿ ਬਾਡੀ ਵੇਟ ਦੱਸ ਦਾ ਜਿਹਦੇ ਲਈ ਆਪਾਂ ਘਰੇ ਭੇਜਦੇ ਕੋਈ ਬੜੀ ਦੂਰੋਂ ਨਹੀਂ ਸੀਗੀ। ਠੀਕ ਹੈ। 10 ਕਿਲੋਮੀਟਰ ਤੋਂ ਹੀ ਲਈ ਆਈ ਅਸੀਂ ਲੋਕ ਨੇੜੇ ਜਿਹੇ ਲੈਤੀ ਆ ਆਪਣੇ ਖਾਸ ਮਿੱਤਰ ਪਈ ਵੀ ਸੁਰ ਵੀਰ ਦੇ ਦੋਸਤ ਮਿੱਤਰ ਕੋਲ ਆਈ ਹੈ ਉਹਨਾਂ ਨੇ ਪਹਿਲੇ ਸੇ ਦੁੱਧ ਚੋਇਆ ਸੀ ਦਾ 21-22 ਲੀਟਰ ਇਹਨੇ ਘਰ ਦੀ ਬੱਤੀ। ਠੀਕ ਹੈ। ਹੁਣ ਇਹ ਦੂਸਰਾ ਸੁਆ ਸੁਣੀ ਹੈਗੀ ਸਾਈਵਾਲ ਦੇ ਕੁੱਖੋਂ ਹੋਈ ਹੈ ਬਾਈ ਇਹ। ਠੀਕ ਹੈ। ਤਾਂ ਕਿ ਥੋੜਾ ਸਾਈਗਾ ਭਰਾਇਆ ਸੀ ਤਾਂ ਹਾਂ ਮਾੜੇ ਕੈਰੈਕਟਰ ਸਾਈਵਾਲ ਵਾਲੇ ਦਿਖਾਉਂਦੀ ਵੀਰ ਕੈਰੈਕਟਰ ਕੀ ਹੈ ਸਾਈਵਾਲ ਦੇ ਆਉਂਦੇ ਨੇਗੇ। ਠੀਕ ਹੈ। ਸਾਈਵਾਲ ਦੇ ਜਰਸੀ ਅਸੀਂ ਮਨ ਰੱਖਿਆ ਸੀ। ਹਾਂ, ਟੈਸ਼ਨ ਬੋਲਦਾ ਰੱਖਿਆ ਸੀ ਉਹਨਾਂ ਨੇ। ਠੀਕ ਹੈ। ਸੁਭਰ ਸਾਈਵਾਲ ਤੋਂ ਤਿਆਰ ਹੋਈ ਹੈ ਤਾਂ ਜੋ ਇਸ ਕਰਕੇ ਠੰਡੀ ਆ ਤੇ ਬਾਡੀ ਵੇਟ ਚੰਗਾ ਦੁੱਧ ਨੂੰ ਖੈਰ ਵਧੀਆ ਰਹੂਗੀ ਇਹ ਤੇ ਇਹਦੇ ਹੁਣ ਅੱਗੇ ਪਿਓਰ ਲੱਗਿਆ ਜਰਸੀ ਅਸੀਂ ਮਨ ਜਰਸੀ 50 ਯੂਰੋ ਬਾਅਦ ਲੱਗਿਆ ਵੀ 50 ਯੂਰੋ ਬਾਅਦ ਜਰਸੀ ਅਸੀਂ ਤੇ ਮੁੱਲ ਫਿਰ ਇਹਦਾ ਫੋਨ ਤੇ ਕਰਨਾ ਬਾਈ ਆਪਾਂ ਫੋਨ ਤੇ ਕਰਾਂਗੇ ਇਹਦਾ। ਠੀਕ, ਹਲੇ ਕੱਚੀ ਵੀ ਥੋੜੀ ਜ਼ਿਆਦਾ ਹੈ ਹਨਾ। ਕੀ ਹੈ ਇਹ ਬੈੜਾ? ਠੀਕ ਹੈ। ਆਪਾਂ ਨੂੰ ਫੋਨ ਤਾਂ ਬਾਈ ਇਹਨੇ ਬਹੁਤ ਆ ਇੰਨੀ ਕਿ ਪਰ ਹੁਣ ਠੀਕ ਹੈ। ਤੇ ਹੁਣ ਦੂਜੇ ਨੰਬਰ ਜਿਹੜੇ ਆਪਾਂ ਇਹ ਦੇਖਦੇ ਆ ਵੀਰੇ HF ਦੇ ਵਿੱਚ ਇਹ ਬਈ ਦੂਜਾ ਸੂਆ ਸੂਆ ਮੂੰਹ ਸੇਦਾ ਬਾਈ ਮੂੰਹ ਸੇ ਪਿੱਛੇ ਬੱਚਾ ਕੀ ਬੱਚੀ ਬੱਸਾ ਹੀ ਮਾਰਦੀ ਤੇ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ ਬਾਈ? ਰਾਤ ਦੀ ਬੈੜ ਸੂਈ ਆ ਹਜੇ। ਠੀਕ ਹੈ। ਹਾਂ, ਰਾਤ ਆਪਾਂ ਕੱਢੀ 10-11 ਰੰਗ ਨੂੰ ਗੋਲੀ ਕਰੀ। ਠੀਕ ਹੈ। ਤੇ ਜੇਰ ਵਗੈਰਾ ਸਹੀ ਪੈ ਗਈ? ਜੇਰ ਵਗੈਰਾ ਸਾਰੇ ਓਕੇ ਡਨ ਆ ਬਾਈ। ਠੀਕ ਹੈ। ਤੇ ਕਿੰਨੀ ਕੁ ਉਮੀਦ ਆ ਵੀ ਐਸਟੀਮੇਟ ਦੁੱਧ ਆਈ ਬਾਈ? ਬਹੁਤ ਆਈ। ਠੀਕ ਹੈ। ਤੇ ਆਪਾਂ ਦੁੱਧ ਦੀ ਕੀ ਉਮੀਦ ਲਾ ਸਕਦੇ ਆ? ਉਮੀਦ ਬਾਈ ਦੁੱਧ ਦੀ 30 ਕਿਲੋ ਦੋਗੀ ਬੈਟਰ ਆਰਾਮ ਨਾਲ ਖੁੱਲਾ। ਸੋ ਵੀਰ 30 ਕਿਲੋ ਦੇ ਲਵੇ ਰੋਣੇ ਮਰਜ਼ੀ ਕਰਨੀ ਪਏ 30 ਕਿਲੋ ਖੁੱਲਾ ਦੁੱਧ ਥਣ ਲੈਵਾ ਦੇਖੋ ਵੱਧ ਵੀ ਦੋਗੀ ਬੈਟਰ 30 ਕਿਲੋ ਦੀ ਫੁੱਲ ਗਾਰੰਟੀ ਲੈਣਾਂਗੇ ਬਾਈ। ਬਾਕੀ ਸੋਹਣਾ ਥਣ ਲੈਵਾਗਾ
ਤੇ ਦੂਸਰਾ ਸੂਆ ਇਹ ਸੂਈ ਹੈਗੀ ਹਾਲੇ ਬੋਲੇ ਦੇ ਵਿੱਚ ਰਾਤ ਵਾਂ ਨੇ ਚੋਈ ਸੀਗੀ ਠੀਕ ਹੈ ਸੂਰਾ ਦੇਖ ਸਕਦੇ ਬੋਲੇ ਵਾਲੇ ਧਾਰਾਂ ਜਮਾ ਇਹਦੀਆਂ ਹਾਲੇ ਪੂਰਾ ਜਮਾ ਕੇ ਦਿਖਾ ਦੇਖਾ ਤੁਹਾਨੂੰ ਸੂਰਾ ਧਾਰਾਂ ਜਮਾ ਸਹੀ ਹੈ ਪੂਰੀ ਨੈਣਾ ਪਾਓ ਚਾਹੇ ਨਾ ਪਾਓ ਕੋਈ ਸਰਲਾ ਫਰਲਾ ਨਹੀਂ ਤੇ ਹੁਣ ਸਵੇਰ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਚੋਈ ਇਹਦੀ ਹਾਲੇ ਹੋਣੀ ਹੈਗੀ ਅਤੇ ਬਾਕੀ ਆ ਫੇਸ ਕੁਆਲਿਟੀ ਵਗੈਰਾ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਪਿੱਛੇ ਇਹਦੇ ਬੱਚਾ ਚੱਫ ਦੇ ਵਿੱਚ ਅਤੇ ਤਾਜ਼ੀ ਸੂਈ ਆ ਦੇਖੋ ਬਾਕੀ ਮੇਨ ਚੀਜ਼ ਆਹ ਦੇਖ ਸਕਦੇ ਕੰਨ ਵਗੈਰਾ ਪਹਿਲਾਂ ਕੋਲ ਛੋਟਾ ਕੰਨ ਆ ਜਮ੍ਹਾਂ ਇਹਦਾ ਪਿਓਰਟੀ ਦੇ ਵਿੱਚ ਆਉਂਦੀ ਆ ਅਤੇ ਕੱਦ ਕਾਠ ਅਤੇ ਜਾਨ ਬੋਡੀ ਵੇਟ ਦੇ ਹਿਸਾਬ ਨਾਲ 30 ਲੀਟਰ ਦੁੱਧ ਇਹਨੂੰ ਕੋਈ ਮਾਇਨੇ ਨਹੀਂ ਕਰਦਾ ਅਤੇ ਬਾਕੀ ਮਿਲਕ ਵੇਨ ਦੇਖ ਸਕਦੇ ਹੋ ਇਹਦੀ ਪੂਰੀ ਸੋਹਣੀ ਰੱਸੇ ਵਰਗੀ ਮੋਟੀ ਮਿਲਕ ਵੇਨ ਜਾਂਦੀ ਵੀ ਆ ਹਵਾਨਾ ਬਹੁਤ ਤਕੜਾ ਜੋਸ ਵਾਲਾ ਇਹ ਦੂਸਰਾ ਸੂਆ ਸੂਈ ਆ ਦੋਨੇ ਸਾਈਡ 'ਤੇ ਮਿਲਕ ਵੇਨਾ ਦੇਖ ਸਕਦੇ ਹੋ ਅਤੇ ਬਾਕੀ ਆਰਡਰ 'ਤੇ ਨਾੜਾ ਗਿਣਤੀ ਕਰਨ ਵਾਲਾ ਕੰਮ ਹੋਇਆ ਪਿਆ ਜਮਾਂ ਅਤੇ ਪੂਰੀ ਚੰਗੀ ਹੁੰਦੜ ਹੇਲ ਪੂਰੀ ਜਾਨ ਵਾਲੀ ਬੋਡੀ ਵੇਟ ਕੱਦ ਕਾਠ ਫੁੱਲ ਕੱਦ ਕਾਠ ਦੇ ਵਿੱਚ ਪੂਰਾ ਫੁੱਲ ਆਪਾਂ ਜਿਹਨੂੰ ਕਹਿ ਦਿੰਦੇ ਹੈਗੇ ਉਹ ਕੱਦ ਆ ਇਹਦਾ ਅਤੇ ਦੂਸਰਾ ਸੂਆ ਹੁਣੇ ਸੂਈ ਆ ਰਾਤ ਹੀ ਤਾਜ਼ੀ ਠੀਕ ਹੈ ਮੰਨ ਕੇ ਚਲੋ ਇਹ ਪਾ ਦੂੰ ਨਾ ਇੰਨੇ ਚਲੋ 30 ਲਵੇ ਲਓ ਫੁੱਲ ਗਰੰਟੀ ਆਪਣੀ 30 ਕਿਲੋ ਦੀ ਦਾ ਠੀਕ ਹੈ ਸੋ ਵੀਰੇ ਇਹ ਸੀਗੀ ਦੂਜੇ ਨੰਬਰ 'ਤੇ ਤਾਜ਼ੀ ਸੂਈ ਸਵਾਈ 30 ਲੀਟਰ ਦੁੱਧ ਵਾਲੀ ਬੈੜ ਹਾਂਜੀ ਵੀਰੇ ਤੀਜੇ ਨੰਬਰ ਜਿਹੜੀ ਬੈੜ ਦੇਖਦੇ ਆਪਾਂ ਜੀ ਇਹ ਬਈ ਹੋ ਗਈ 11 ਦਿਨਾਂ ਦੀ ਸੂਈ ਨੂੰ ਅੱਜ ਠੀਕ ਹੈ ਮੰਗ ਲਈ ਦੀ ਬਸ ਸਹੀ ਇਹਦੇ ਮਗਰ ਬੱਚਾ ਤੇ ਇਹ ਸੂਆ ਕਿਹੜਾ ਸੂਈ ਹੈ ਇਹ ਸੂਆ ਪਲੂਣ ਸੂਈ ਦੰਦਾ ਜੀ ਉਹ ਬੈੜ ਤੇ ਦੰਦਾ ਜੀ ਸੂਰ ਦੰਦਾ ਜਾ ਬੈੜ ਪਲੂਣ ਸੂਈਆ ਹੋ ਗਏ 10 11 ਦਿਨ ਹਨ 11 ਦਿਨ ਹੋ ਗਏ ਸੂਈ ਨੂੰ 11 ਦਿਨ ਤੇ ਹੁਣ ਜਿਹੜਾ ਆਪਾਂ ਦੁੱਧ ਚੋਣੇ ਆ ਵੀਰੇ ਉਹ ਕਿੰਨਾ ਚੋਣੇ ਆ 23 ਕਿਲੋ ਖੁੱਲਾ ਤਿਆਰ ਆ ਬਾਈ 23 ਤੋਂ 24 ਕਿਲੋ ਮੰਨ ਕੇ ਚਲੋ ਵੀ 11 ਕਿ ਲੀਟਰ ਦੁੱਧ ਡੰਗਦਾ ਹੈ ਇਸ ਵਕਤ ਚਵਾ ਦੋਗੇ ਬੰਦਾ ਜੀ ਹੋਵੇ ਖੁੱਲਾ ਬਾਈ 12 ਖੁੱਲਾ ਚ 12 ਠੀਕ ਹੈ ਤੁਹਾਡੇ ਐਸਟੀਮੇਟ ਹਲੇ ਮੈਲਾ ਵਗੈਰਾ ਤੋਂ ਵੀ ਨਹੀਂ ਲੱਗੀ ਫਿਰੇ ਮੈਲਾ ਵਗੈਰਾ ਚੱਲੀ ਨਹੀਂ ਬਾਈ ਇਹ ਮੰਨ ਕੇ ਚਲੇ ਫਿਰ ਪਾ ਦੂ 25 ਦੇ ਲਵੇ ਲਾਉਣੇ 25 ਦੇ ਪਲੱਸ ਪਾਊ ਬਾਈ 25 ਹੁਣ ਜੋ ਤਿਆਰ ਹੈਗਾ ਠੀਕ ਹੈ ਫਿਰ ਮੈਲੀ ਮੂਲੀ ਚੰਦੀ ਦਾ ਵੱਧ ਦੁੱਧ ਪਾਊ ਠੀਕ ਹੈ ਸੋ ਫਿਰ 25 ਦੇ ਆਸ-ਪਾਸ ਦੇ ਦੁੱਧ ਪਾ ਦੋਗੀ ਤੇ ਪਲੂਣ ਸੂਈ ਆ ਪਹਿਲਾ ਸੂਆ ਤੇ ਆ ਮਿਲਕ ਵੈਨ ਵਗੈਰਾ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਮਿਲਕ ਵੈਨ ਆ ਦੀ ਤੇ ਬਾਕੀ ਥਣ ਬਹੁਤ ਚੰਗਾ ਕੰਮ ਦਾ ਬੱਚਾ ਮੂਰੇ ਬੰਨਣ ਦੇ ਕਾਰਨ ਦੇਖਦੇ ਪਸਮਾ ਦੇ ਵਿੱਚ ਆ ਚੁੱਕੀ ਆ ਥੋੜਾ ਲੇਟ ਹੋ ਗਿਆ ਆਪਾਂ ਵੀਡੀਓ ਕਵਰ ਕਰਨ 'ਚ 8 ਤੋਂ ਉੱਪਰ ਦਾ ਟਾਈਮ ਹੋ ਗਿਆ ਤੇ ਚਵਾਈ ਹੁਣ ਵੀਰ ਨੇ ਇਹਦੀ ਕਰਨੀ ਹੈਗੀ ਹਲੇ ਵੀਡੀਓ ਆਪਾਂ ਵੀਡੀਓ ਬਣਨ ਤੋਂ ਬਾਅਦ ਚਵਾਈ ਹੋਣੀ ਇਹਨਾਂ ਦੀ ਤੇ ਬਾਕੀ ਥਣ ਹਵਾਨਾ ਦੇਖ ਸਕਦੇ ਹੋ ਪੂਰਾ ਚੰਗਾ ਸੋਹਣਾ ਥਣ ਹਵਾਨਾ ਕੋਈ ਸਾਈਡ ਵਗੈਰਾ ਕੋਈ ਕਾਂਡ ਵਗੈਰਾ ਨਹੀਂ ਇਹ ਸੀਗੀ ਆਪਣੇ ਤੀਸਰੇ ਨੰਬਰ 'ਤੇ ਪਹਿਲਾ ਸੂਆ ਪਲੂਣ ਸੂਈ ਸਵਾਈ ਸੂਰਾ ਦੇਖ ਸਕਦੇ ਤੀਸਰੇ ਨੰਬਰ ਵਾਲੀ ਤੋਰ ਵਗੈਰਾ ਇਹਦੀ ਪੂਰੀ ਚੰਗੀ ਅਤੇ ਸਾਫ਼ ਸੁਥਰੇ ਸੋਹਣੇ ਥਣ ਹਵਾਨ ਨੇ ਥਣ ਬਹੁਤ ਚੰਗਾ ਬਿੱਥੀ 'ਤੇ 6-6 7-7 ਉਂਗਲਾਂ ਦੀ ਬਿੱਥੀ 'ਤੇ ਇਹਦੇ ਥਣ ਲੱਗਿਆ ਹੋਇਆ ਮਿਲਕ ਵੇਨਸ ਬਹੁਤ ਚੰਗੀਆਂ ਜਾਂਦੀਆਂ ਪਈਆਂ ਪੂਰੀ ਚੰਗੀ ਬਰੀਕ ਚਮੜੀ ਦੇ ਵਿੱਚ ਪੂਰੀ ਦੁੱਧ ਵਾਲੀ ਵੈੜ ਹੈਗੀ ਜਮਾਂ ਅਤੇ ਬਾਕੀ ਨਵਾਂ ਹਾਣਾ ਪਲੂਣ ਸੂਈ ਆ ਹਲੇ ਇਸ ਤੋਂ ਆਪਾਂ 2-3 ਸੂਏ ਵਧੀਆ ਆਰਾਮ ਨਾਲ ਘਰ ਲੈ ਸਕਦੇ ਹਾਂ ਤੋਂ ਕਿਉਂਕਿ ਨਵੇਂ ਹਾਣ ਦੇ ਵਿੱਚ ਹੈਗੀ ਸੋ ਫਿਰ ਦੇਖੋ ਬੋਡੀ ਸਟਰਕਚਰ ਇਹਦਾ 11 ਕੁ ਦਿਨ ਹੋ ਗਏ ਸੂਈ ਨੂੰ ਜੇਰ ਵਗੈਰਾ ਏਡੂ ਜਿਹੜਾ ਕੰਮ ਸਾਰਾ ਡਨ ਆ ਜਮਾਂ ਇਹਦਾ ਇਹ ਦੇਖ ਸਕਦੇ ਚੰਗੀ ਬਰੀਕ ਵਾਲੀ ਕੱਦ ਕਾਠ ਬਹੁਤ ਖੁੱਲ੍ਹਾ ਉੱਚੇ ਲੰਬੇ ਕੱਦ ਕਾਠ ਦੇ ਵਿੱਚ ਆ ਸੋ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ 3 ਨਾਗ ਸੂਰ ਨੂੰ ਦਿਖਾ ਚੁੱਕੇ ਹਾਂ ਜਰਸੀ ਅਤੇ ਐਚ ਐਫ ਤੀਜੇ ਨੰਬਰ 'ਤੇ ਫੇਰ ਐਚ ਐਫ ਸੂਈ ਸਵਾਈ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 8973-50-840 ਵੀਰਾਂ ਦਾ ਕੰਟੈਕਟ ਨੰਬਰ ਆ ਸੋ ਬਣੇ ਹੋਏ ਆਪਣੇ ਯੂਟਿਊਬ ਚੈਨਲ 'ਤੇਲੋ ਡੈਰੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ